ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ। ਇੱਕ ਲੰਬੇ ਇੰਤਜ਼ਾਰ ਤੋਂ ਬਾਅਦ ਟੂਰਿਸਟ ਵੀਜ਼ਾ ਦੀਆਂ ਆਪਸ਼ਨਸ ਹੁਣ ਖੁੱਲਣ ਲੱਗ ਗਈਆਂ। ਤਮਾਮ ਕੰਟਰੀਜ਼ ਬਹੁਤ ਈਜ਼ੀਲੀ ਟੂਰਿਸਟ ਵੀਜ਼ਾ ਦੇ ਰਹੀਆਂ। ਕਿੱਥੇ ਕਿੱਥੇ ਤੁਸੀਂ ਜਾ ਸਕਦੇ ਹੋ, ਕੋਵਿਡ ਦੇ ਸਿਨਾਰੀਓ ਤੋਂ ਬਾਅਦ ਹੁਣ ਕੀ ਸੀਨ ਹੈ, ਕਿੰਨੀ ਕੁ ਦੇਰ ਲੱਗ ਰਹੀ ਹੈ ਪ੍ਰੋਸੈਸਿੰਗ ਨੂੰ, ਕਿਹੜੇ ਕੰਟਰੀਜ਼ 'ਚ ਜਾਣ ਦਾ ਜ਼ਿਆਦਾ ਫਾਇਦਾ ਹੈ, ਸਾਰੀਆਂ ਗੱਲਾਂ ਅੱਜ ਦੇ ਸ਼ੋਅ ਦੇ ਵਿੱਚ ਕਰਾਂਗੇ। ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਜਸਮੀਤ ਭਾਟੀਆ ਜੀ, ਸਵਾਗਤ। ਸ਼੍ਰੀ ਅਕਾਲ। ਸੋ ਜਸਮੀਤ ਜੀ, ਟੂਰਿਸਟ ਵੀਜ਼ਾ ਕਿਹੜੇ ਕਿਹੜੇ ਕੰਟਰੀਜ਼ ਈਜ਼ੀਲੀ ਦੇ ਰਹੇ ਨੇ ਅਤੇ ਕਿੰਨਾ ਕੁ ਸਮਾਂ ਲੱਗ ਰਿਹਾ? ਸੋ ਜੇ ਅਸੀਂ ਇਸ ਟਾਈਮ ਗੱਲ ਕਰੀਏ ਤਾਂ ਡਿਪੈਂਡ ਕਰਦਾ ਕਿ ਤੁਸੀਂ ਕਿਹੜੀ ਕੰਟਰੀ ਜਾਣਾ ਚਾਹੁੰਦੇ ਹੋ। ਸੋ ਜੇ ਤਾਂ ਆਪਣਾ ਪਰਪਸ ਸਿਰਫ ਟੂਰਿਜ਼ਮ ਦਾ, ਸੋ ਰਾਈਟ ਨਾਓ ਆਈ ਵਿਲ ਐਡਵਾਈਜ਼ ਯੂ ਕਿ ਤੁਸੀਂ ਯੂਰੋਪੀਅਨ ਕੰਟਰੀਜ਼ 'ਚ ਅਪਲਾਈ ਕਰ ਸਕਦੇ ਹੋ, ਬਿਕੋਜ਼ ਦੇ ਆਰ ਵੈਰੀ ਓਪਨ ਰਾਈਟ ਨਾਓ। ਫਰਾਂਸ ਔਰ ਸਵਿਟਜ਼ਰਲੈਂਡ ਕਹਿ ਰਿਹਾ ਕਿ ਸਾਡੇ ਬਾਰਡਰਸ ਖੁੱਲ੍ਹੇ ਆ, ਯੂ ਕੈਨ ਅਪਲਾਈ ਫੋਰ ਯੋਰ ਟੂਰਿਸਟ ਵੀਜ਼ਾ। ਔਰ ਜੇ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ ਟੂਰਿਜ਼ਮ ਪਰਪਸ ਲਈ, ਜਾਂ ਤੁਹਾਡਾ ਕੋਈ ਰਿਸ਼ਤੇਦਾਰ ਰਹਿੰਦਾ, ਤਾਂ ਯੂਕੇ ਇਜ਼ ਆਲਸੋ ਕੁਆਇਟ ਓਪਨ। ਉਹਨਾਂ ਨੇ ਤਾਂ ਆਪਣਾ ਕੁਆਰੰਟੀਨ ਪਲਾਨ ਵੀ ਸਕ੍ਰੈਪ ਆਫ ਕਰਤਾ, ਕੋਵਿਡ ਦੀ ਕੋਈ ਰਿਕੁਆਇਰਮੈਂਟ ਵੀ ਨਹੀਂ ਚਾਹੀਦੀ ਹੈਗੀ ਹੈ। ਸੋ ਯੂਕੇ ਆਲਸੋ ਯੂ ਕੈਨ ਗੋ ਔਨ ਟੂਰਿਜ਼ਮ ਪਰਪਸ। ਫਿਰ ਇਹ ਜਿਹੜੇ ਕੰਟਰੀਜ਼ ਹੈਗੇ ਆ ਯੂਕੇ ਔਰ ਯੂਰਪ, ਸੋ ਜੇ ਤੁਸੀਂ ਸਪੋਜ਼ ਤੁਹਾਡਾ ਕੋਈ ਰਿਸ਼ਤੇਦਾਰ USA ਕੈਨੇਡਾ ਨਹੀਂ ਰਹਿੰਦਾ, ਬਟ ਤੁਸੀਂ ਆਪਣੀ ਟਰੈਵਲ ਹਿਸਟਰੀ ਬਣਾਉਣਾ ਚਾਹੁੰਦੇ ਹੋ, ਤਾਂ ਮੈਨੂੰ ਲੱਗਦਾ ਕਿ ਯੂਰੋਪੀਅਨ ਐਂਡ UK ਤੁਹਾਡੀ ਟਰੈਵਲ ਹਿਸਟਰੀ 'ਚ ਜ਼ਰੂਰ ਮਦਦ ਕਰਦੇ ਆ, ਬਿਕੋਜ਼ ਦੇ ਆਰ ਮੇਜਰ ਕੰਟਰੀ। ਸੋ ਈਜ਼ੀਲੀ ਮਿਲ ਜਾਂਦਾ ਜੀ UK ਬਹੁਤ ਟੂਰਿਸਟ ਵੀਜ਼ਾ UK ਦਾ? ਈਜ਼ੀਲੀ ਤਾਂ ਨਹੀਂ, ਜੋ ਰਿਕੁਆਇਰਮੈਂਟਸ ਆ ਉਹ ਤਾਂ ਫੁਲਫਿਲ ਕਰਨੀਆਂ ਹੀ ਪੈਂਦੀਆਂ। ਯੂ ਹੈਵ ਟੂ ਸ਼ੋ ਦੈਟ ਯੂ ਹੈਵ ਇਨਕਮ ਟੈਕਸ ਰਿਟਰਨਸ, ਯੂ ਹੈਵ ਸਰਟਨ ਅਮਾਊਂਟ ਆਫ ਫੰਡਸ, ਕਿਉਂਕਿ ਅੱਜ ਦੀ ਡੇਟ 'ਚ ਜੇ ਤੁਸੀਂ ਕਿਤੇ ਵੀ ਘੁੰਮਣ ਜਾਣਾ, ਤੁਹਾਨੂੰ ਟਿਕਟ ਖਰੀਦਣੀ ਹੈ, ਹੋਟਲ ਬੁਕਿੰਗ ਕਰਾਉਣੀ ਹੈ, ਤੁਹਾਡੇ ਕੋਲ ਖਾਣ ਪੀਣ ਦੇ ਪੈਸੇ ਹੋਣੇ ਚਾਹੀਦੇ ਹੈ, ਤਾਂ ਯੂ ਹੈਵ ਟੂ ਸ਼ੋ ਸਰਟਨ ਅਮਾਊਂਟ ਆਫ ਫੰਡਸ ਇਨ ਯੋਰ ਬੈਂਕ ਅਕਾਊਂਟ ਇਫ ਯੂ ਵਾਂਟ ਟੂ ਅਪਲਾਈ ਟੂ ਐਨੀ ਕੰਟਰੀ ਫੋਰ ਟੂਰਿਸਟ ਵੀਜ਼ਾ। ਬਟ ਰਾਈਟ ਨਾਓ ਤੁਸੀਂ ਦੇਖੋ ਕਿ ਹੁਣ ਪੈਂਡਮਿਕ ਖਤਮ ਹੋਣ ਵਾਲਾ, ਜਾਂ ਉਹਨੂੰ ਐਂਡਮਿਕ ਦਾ ਇਨਾਮ ਦਿੱਤਾ ਕਿ ਇਹ ਖਤਮ ਹੋਏਗਾ ਹੀ ਨਹੀਂ ਕਦੀ। ਸੋ ਉਸ ਕੰਟਰੀਜ਼ ਵਿੱਚ ਜਿਨ੍ਹਾਂ ਨੂੰ ਇਸ ਟਾਈਮ 'ਤੇ ਜਿਹੜੇ ਟੂਰਿਜ਼ਮ 'ਤੇ ਡਿਪੈਂਡੈਂਟ ਸੀ, ਉਹਨਾਂ 'ਚ ਜਦੋਂ ਅਸੀਂ ਅਪਲਾਈ ਕਰਾਂਗੇ ਤਾਂ ਸਾਨੂੰ ਪੋਜ਼ਿਟਿਵ ਰਿਜ਼ਲਟਸ ਆਉਣ ਦੀ ਉਮੀਦ ਹੈ। ਈਵਨ ਯੰਗਸਟਰਸ ਵੀ ਯੂਰੋਪੀਅਨ ਔਰ UK ਵਰਗੇ ਕੰਟਰੀਆਂ 'ਚ ਅਪਲਾਈ ਕਰ ਸਕਦੇ ਹਾਂ। ਬਟ ਹੁਣ ਦੂਜੇ ਪੱਖੋਂ ਕਹੀਏ ਕਿ ਹੁਣ ਤੁਸੀਂ ਕੈਨੇਡਾ ਜਾਂ USA ਅਪਲਾਈ ਕਰਨਾ ਚਾਹੁੰਦੇ ਹੋ, ਸੋ ਫਸਟ ਆਫ ਆਲ ਮੈਂ ਤੁਹਾਨੂੰ ਕਹਾਂਗਾ ਜਿੱਦਾਂ ਤੁਹਾਡੀ ਟਰੈਵਲ ਹਿਸਟਰੀ ਹੈਗੀ ਹੈ, ਦੈਨ ਯੂ ਸ਼ੁੱਡ ਅਪਲਾਈ ਫੋਰ ਕੈਨੇਡਾ ਐਂਡ USA ਇਫ ਯੂ ਡੂ ਨਾਟ ਹੈਵ ਐਨੀ ਰਿਲੇਟਿਵ। ਕੈਨੇਡਾ ਜਾਂ USA ਤੁਸੀਂ ਅਪਲਾਈ ਕਰ ਸਕਦੇ ਹੋ, ਔਰ ਜੇ ਤੁਸੀਂ ਕੀ ਕਹਿੰਦੇ ਆ ਤੁਹਾਡੇ ਰਿਲੇਟਿਵਸ ਉੱਥੇ ਹੈਗੇ ਆ, ਤੁਹਾਡੇ ਬੱਚੇ ਜਾਂ ਪੜ੍ਹਦੇ ਹੈਗੇ ਆ, ਐਂਡ USA ਤੁਸੀਂ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਕੀ ਕਹਿੰਦੇ ਆ ਇੰਟਰਵਿਊ ਫੇਸ ਕਰ ਸਕਦੇ ਹੋ, ਬਿਕੋਜ਼ USA ਇਜ਼ ਐਨ ਇੰਟਰਵਿਊ ਡਿਪੈਂਡੈਂਟ ਵੀਜ਼ਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਇਹ ਸਾਰੇ ਕੰਟਰੀਜ਼ ਹੁਣ ਵੀਜ਼ਾ ਦੇਣ ਦੀ ਪੂਰੀ ਪੂਰੀ ਕੀ ਕਹਿੰਦੇ ਆ ਤੇਜ਼ੀ ਦੇ ਨਾਲ ਦੇਣਗੇ, ਬਟ ਕੈਨੇਡਾ ਔਰ USA 'ਚ ਬਹੁਤ ਜ਼ਿਆਦਾ ਰਸ਼ ਹੈ ਇਸ ਟਾਈਮ ਟੂਰਿਸਟ ਵੀਜ਼ਾ ਦਾ। ਬਟ ਜੇ ਤੁਸੀਂ ਆਪਣੇ ਬੱਚਿਆਂ ਨੂੰ ਮਿਲਣ ਜਾਣਾ ਹੈ ਜਾਂ ਵਾਈਸ ਵਰਸਾ ਤੁਹਾਡੇ ਪੇਰੈਂਟਸ ਉੱਥੇ ਆ, ਤਾਂ ਯੂ ਕੈਨ ਡੈਫੀਨੇਟਲੀ ਅਪਲਾਈ ਫੋਰ ਕੈਨੇਡਾ ਜਾਂ USA ਟੂਰਿਸਟ ਵੀਜ਼ਾ। ਸੋ ਟੂਰਿਸਟ ਵੀਜ਼ਾ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ ਨੇ, ਕੰਟਰੀ ਸਪੈਸੀਫਿਕ ਸ਼ੋਜ਼ ਵੀ ਅਸੀਂ ਇਸੇ ਚੈਨਲ 'ਤੇ ਤੁਹਾਡੇ ਕੋਲ ਲੈ ਕੇ ਆਵਾਂਗੇ। ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ। ਧੰਨਵਾਦ। ਥੈਂਕ ਯੂ।